ਅੱਜ ਮੈਂ ਟੂਰੀ ਹਲਕੇ ਤੁਹਾਡਾ ਪ੍ਰੈਸ ਕਾਨਫਰੰਸ ਕਰਨ ਵਾਸਤੇ ਆਇਆ ਗਰਗ ਸਾਹਿਬ ਸਾਡੇ ਉਮੀਦਵਾਰ ਹੈ ਸ਼੍ਰੋਮਣੀ ਅਕਾਲੀ ਬੀ ਐਸ ਪੀ ਦੇ ਟੂਰੀ ਹਲਕੇ ਤੋਂ ਮੇਰੇ ਸਾਡਾ ਪਰਿਵਾਰਿਕ ਸੰਬੰਧ ਹੈ ਵੱਡੇ ਬਾਦਲ ਸਾਹਿਬ ਨਾਲ ਇਹਨਾਂ ਨੇ ਪੂਰੀ ਜ਼ਿੰਦਗੀ ਉਹਨਾਂ ਟੀਮ ਦੇ ਮੈਂਬਰ ਰਹੇ ਆ ਮੈਂ ਤਾਂ ਸਾਰਿਆਂ ਨੂੰ ਟੂਰੀ ਹਲਕੇ ਵਾਲਿਆਂ ਨੂੰ ਆਹੀ ਬੇਨਤੀ ਕਰਨਾ ਚਾਹੁੰਦੇ ਇੱਕ ਵਧੀਆ ਉਮੀਦਵਾਰ ਤੁਹਾਨੂੰ ਦਿੱਤਾ ਹੈ ਇੱਕ ਨੇਕ ਇਨਸਾਨ ਦਿੱਤਾ ਹੈ ਜਿਹਦਾ ਸਰਕਾਰ ਵਿੱਚ ਜਦੋਂ ਤੁਸੀਂ ਜਿਤਾਓਗੇ ਮੰਤਰੀ ਵੀ ਬਣਨਗੇ ਅਤੇ ਚੰਗਾ ਮਹਿਕਮਾ ਵੀ ਮਿਲੂਗਾ ਅਤੇ ਆਪਣੇ ਇਲਾਕੇ ਦੀ ਜੋ ਜੋ ਸਮੱਸਿਆ ਕਿਉਂਕਿ ਵੱਡੇ ਬਾਦਲ ਸਾਹਿਬ ਨੇ ਮੈਨੂੰ ਅੱਜ ਖਾਸ ਭੇਜਿਆ ਹੈ ਕਿ ਤੁਸੀਂ ਧੂਰੀ ਲੰਘਣਾ ਅਤੇ ਪ੍ਰੈਸ ਕਾਨਫਰੰਸ ਜ਼ਰੂਰ ਕਰਕੇ ਆ ਮੇਰੇ ਤਰਫੋਂ ਕਿਉਂਕਿ ਗਰਗ ਸਾਹਿਬ ਦਾ ਵੱਡੇ ਬਾਦਲ ਸਾਹਿਬ ਨਾਲ ਬੜਾ ਲਗਾਅ ਹੈ ਕਿ ਜੋ ਗਰਗ ਸਾਹਿਬ ਕਹਿਣਗੇ ਉਹ ਹੀ ਅਸੀਂ ਕਰਾਂਗੇ ਕਿਉਂਕਿ ਮੰਤਰੀ ਬਣ ਕੇ ਇਹਨਾਂ ਨੂੰ ਕਾਫ਼ੀ ਇੱਥੇ ਡਿਵੈਲਪਮੈਂਟ ਦਾ ਹੀ ਮੌਕਾ ਮਿਲੂਗਾ ਜੈ ਜੀ ਹਾਲਾਤ ਪੰਜਾਬ 'ਚ ਹੈ ਪੰਜਾਬੀਆਂ ਦੀ ਇਕੱਲੀ ਇੱਕੋ ਇੱਕ ਪਾਰਟੀ ਸ਼੍ਰੋਮਣੀ ਅਕਾਲੀ ਦਲ ਹੈ ਬਾਕੀ ਸਾਰੇ ਬਾਹਰ ਦੇ ਕਿਸੇ ਦਾ ਕੋਈ ਲਗਾ ਨਹੀਂ ਪੰਜਾਬ ਪ੍ਰਤੀ ਕਿਸੇ ਦਾ ਕੋਈ ਸੋਚ ਨਹੀਂ ਸਾਰੇ ਹੀ ਪੰਜਾਬ 'ਚ ਜਿਵੇਂ ਅੰਗਰੇਜ਼ ਹਿੰਦੁਸਤਾਨ ਜਾ ਕੇ ਲੁੱਟਣ ਨੂੰ ਆਏ ਸੀ ਮੁਗਲ ਆਏ ਸੀ ਉਵੇਂ ਆ ਲੱਗੇ ਹੈ ਆਮ ਆਦਮੀ ਪਾਰਟੀ ਜਿਹੜੀ ਇੱਥੋਂ ਭਗਵੰਤ ਮਾਨ ਇੱਥੋਂ ਇਲੈਕਸ਼ਨ ਲੜ ਰਿਹਾ ਹੈ ਪਹਿਲੀ ਤਾਂ ਇਹ ਆਮ ਆਦਮੀ ਪਾਰਟੀ ਕੇਜਰੀਵਾਲ ਹੀ ਨਹੀਂ ਮੰਨਦਾ ਭਗਵੰਤ ਮਾਨ ਨੂੰ ਆਹ ਤੁਸੀਂ ਬੋਰਡ ਦੇਖ ਲਓ ਹਰ ਬੋਰਡ 'ਤੇ ਕੀ ਲਿਖਿਆ ਕੇਜਰੀਵਾਲ ਨੂੰ ਮੌਕਾ ਦਿਓ ਭਗਵੰਤ ਮਾਨ ਦਾ ਤਾਂ ਮੈਂ ਹੀ ਹੈ ਨਹੀਂ ਮੈਂ ਆਮ ਆਦਮੀ ਪਾਰਟੀ ਨੂੰ ਪੁੱਛਣਾ ਚਾਹੁੰਦਾ ਕਿ ਹੁਣ ਮੌਕਾ ਕਿਹਨੂੰ ਦਿਓ ਲੋਕਾਂ ਨੂੰ ਸਵਾਲ ਹੈ ਕਿਉਂਕਿ ਗੰਨਾ 'ਤੇ ਤਾਂ ਕੇਜਰੀਵਾਲ ਨੇ ਲਿਖਿਆ ਦੂਜੀ ਗੱਲ ਪਿਛਲੇ ਇੱਕ ਸਾਲ ਤੋਂ ਜਦੋਂ ਮੀਡੀਆ ਪੁੱਛਦੀ ਸੀ ਭਗਵੰਤ ਮਾਨ ਤੁਹਾਡਾ ਕੀ ਫੇਸ ਹੋਊਗਾ ਕਿ ਨਹੀਂ ਹੋਊਗਾ ਅਤੇ ਕੇਜਰੀਵਾਲ ਕਹਿੰਦੇ ਸੀ ਕੋਈ ਚੰਗਾ ਬੰਦਾ ਦੇਵਾਂਗੇ ਚੰਗਾ ਬੰਦਾ ਮਤਲਬ ਹੈ ਕਿ ਭਗਵੰਤ ਮਾਨ ਦੇ ਕੋਈ ਕੀੜੇ ਪਏ ਜਿਹੜਾ ਕਹਿੰਦਾ ਸੀ ਕਿ ਚੰਗਾ ਬੰਦਾ ਦੇਊਂਗਾ ਭਗਵੰਤ ਮਾਨ ਨੂੰ ਕਿਉਂ ਨਹੀਂ ਮੰਨਿਆ ਪਹਿਲੇ ਕੇਜਰੀਵਾਲ ਨੇ ਸਾਰੇ ਪੰਜਾਬ ਲੱਭਣ ਦੀ ਕੋਸ਼ਿਸ਼ ਕਰੀ ਕੀਤੀ ਕੋਈ ਬੰਦਾ ਆਉਣ ਨੂੰ ਤਿਆਰ ਨਹੀਂ ਸੀ ਕੋਈ ਬਾਹ ਫੜਨ ਨੂੰ ਤਿਆਰ ਨਹੀਂ ਸੀ ਹੁਣ ਭਗਵੰਤ ਮਾਨ ਨੂੰ ਦੇਖ ਦਿੱਤਾ ਹੁਣ ਭਗਵੰਤ ਮਾਨ ਜਿਹੜਾ 24 ਘੰਟੇ ਸ਼ਰਾਬ ਨਾਲ ਡੱਕਿਆ ਰਹਿੰਦਾ ਜਿਹਨੇ ਆਪਣੀ ਮਾਂ ਦੀ ਝੂਠੀ ਸਹੁੰ ਖਾਧੀ ਹੈ ਸ਼ਰਾਬ ਮੈਂ ਛੱਡੂੰਗਾ ਅਤੇ ਹਾਲੇ ਤੱਕ ਨਹੀਂ ਛੱਡੀ ਤੁਸੀਂ ਸਾਰੇ ਮੀਡੀਆ ਵਾਲੇ ਗਵਾਹ ਹੋ ਤੁਸੀਂ ਧੂਰੀ ਹਲਕੇ ਦੇ ਹੋ ਸੰਗਰੂਰ ਜ਼ਿਲ੍ਹੇ ਦੇ ਹੋ ਤੁਸੀਂ ਸਾਰੇ ਜਾਣਦੇ ਹੋ ਕਿ ਹਲੇ ਵੀ ਸ਼ਰਾਬ ਦਾ ਡੱਕਿਆ ਰਹਿੰਦਾ ਜਿਹੜਾ ਇਨਸਾਨ ਗੁਰੂ ਘਰ ਸ਼ਰਾਬ ਪੀ ਕੇ ਜਾ ਸਕਦਾ ਹੈ ਜਿਹੜਾ ਇਨਸਾਨ ਆਪਣੀ ਮਾਂ ਦੀ ਝੂਠੀ ਸਹੁੰ ਖਾ ਸਕਦਾ ਹੈ ਕਿ ਉਹ ਪੰਜਾਬ ਦੀ ਅਗਵਾਈ ਕਰੂਗਾ ਉਹਨੂੰ ਜਦੋਂ ਹੀ ਸਵਾਲ ਪੁੱਛਦੇ ਆ ਕਿ ਤੁਸੀਂ ਪੰਜਾਬ ਵਾਸਤੇ ਕੀ ਕਰੋਗੇ ਕਹਿੰਦੇ ਰੰਗਲਾ ਪੰਜਾਬ ਬਣਾਵਾਂਗੇ ਰੰਗਲਾ ਪੰਜਾਬ ਦਾ ਮਤਲਬ ਕੀ ਹੈ ਹਰ ਰੰਗਲਾ ਪੰਜਾਬ ਕਰਾਂਗੇ ਕਿ ਦਾਰੂ ਪੀ ਕੇ ਪਿਆ ਕੇ ਤੁਸੀਂ ਰੰਗਲਾ ਪੰਜਾਬ ਬਣਾਓਗੇ ਇਸ ਕਰਕੇ ਇੱਕ ਜ਼ਿੰਮੇਵਾਰ ਇਨਸਾਨ ਨੂੰ ਮੁੱਖ ਮੰਤਰੀ ਦੀ ਅਹੁਦਾ ਮਿਲਣਾ ਚਾਹੀਦਾ ਹੈ ਜਿਹੜੀ ਪਾਰਟੀ ਅਤੇ ਜਿਹੜੇ ਲੀਡਰ ਜਿਹਦਾ ਪਿਛੋਕੜ ਜਿਹਨੇ ਕੰਮ ਕੀਤਾ ਹੋਏ ਜਿਹਨੇ ਕੰਮ ਕਰਕੇ ਦਿਖਾਇਆ ਹੋਏ ਪੰਜ ਸਾਲ ਦਸ ਪੰਜ ਵਾਰ ਸਾਹਿਬ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਬਣੇ ਸਰਕਾਰ ਬਣੀ ਉਹਨਾਂ ਦੀ ਅਕਾਲੀ ਦਲ ਦੀ ਸਰਕਾਰ ਰਹੀ ਹੈ ਜਿੰਨੀ ਡਿਵੈਲਪਮੈਂਟ ਪੰਜਾਬ 'ਚ ਹੋਈ ਹੈ ਜਿੰਨੀ ਗਰੀਬ ਦੀ ਬਾਂਹ ਫੜੀ ਗਈ ਹੈ ਕਿਸਾਨ ਦੀ ਬਾਂਹ ਫੜੀ ਗਈ ਸਾਰੀ ਸਾਹਿਬ ਪ੍ਰਕਾਸ਼ ਸਿੰਘ ਬਾਦਲ ਨੇ ਕੀਤੀ ਤੋ ਇਸ ਕਰਕੇ ਆਹ ਪੰਜ ਸਾਲ ਖਰਾਬ ਹੋ ਗਏ ਆਪਣੇ ਪੰਜ ਸਾਲ ਕਾਂਗਰਸ ਨੇ ਤਬਾਹੀ ਲਿਆਂਦੀ ਹੈ ਲੁੱਟਿਆ ਇੱਥੇ ਤੇ ਇਸ ਕਰਕੇ ਮੈਂ ਸਾਰਿਆਂ ਨੂੰ ਆਹੀ ਬੇਨਤੀ ਕਰਨਾ ਚਾਹੁੰਦਾ ਗਰਗ ਸਾਹਿਬ ਜਿਹੜੇ ਬਹੁਤ ਹੀ ਵਧੀਆ ਇਨਸਾਨ ਹੈ ਇੱਕ ਸੁਲਝੇ ਇਨਸਾਨ ਹੈ ਧੂਰੀ ਹਲਕੇ ਵਾਲਿਆਂ ਨੂੰ ਬੇਨਤੀ ਕਰਦਾ ਇਹਨਾਂ ਦੀ ਗਰੰਟੀ ਮੈਂ ਚੱਕਦਾ ਕਿਉਂਕਿ ਆਹ ਇੱਕ ਅਜਿਹੇ ਇਨਸਾਨ ਹੈ ਜਿਹੜੇ ਜਿਹਦੇ ਜਿੱਥੇ ਸੇਵਾ ਕਰਦੇ ਆ ਪੂਰੀ ਢੱਡ ਕੇ ਸੇਵਾ ਕਰਦੇ ਸਰ ਚੰਨੀ ਵਾਰੀ ਪ੍ਰੋਫੈਸਰ ਦਵਿੰਦਰਪਾਲ ਭੁੱਲਰ ਦੀ ਰਿਹਾਈ ਵਾਸਤੇ ਆਮ ਆਦਮੀ ਪਾਰਟੀ ਦੇ ਪ੍ਰਧਾਨ ਕੇਜਰੀਵਾਲ ਰਿਕਾ ਬਣ ਰਿਹਾ ਤਿੰਨ ਵਾਰ ਫਾਈਲ ਉਹਨਾਂ ਕੋਲ ਗਈ ਸਾਰੀ ਕਮੇਟੀ ਨੇ ਕਿਹਾ ਰਿਹਾ ਕਰੋ ਤੇ ਉਹਨਾਂ ਨੇ ਰਿਜੈਕਟ ਕਰਤੀ ਹੈ ਸਾਹਿਬ ਪ੍ਰਕਾਸ਼ ਸਿੰਘ ਬਾਦਲ ਭਾਵੇਂ ਰਾਜਵਨ ਸਾਹਿਬ ਹੋਣ ਭਾਵੇਂ ਭੁੱਲਰ ਸਾਹਿਬ ਹੋਏ ਉਹਨਾਂ ਦੀ ਭਾਵੇਂ ਉਹਨਾਂ ਨੂੰ ਰਿਹਾਈ ਹੋਏ ਸਾਰੀ ਲੜਾਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਲੜੀ ਹੈ DGPC ਨੇ ਲੜੀ ਹੈ ਤੋ ਇਸ ਕਰਕੇ ਆ ਕੇਜਰੀਵਾਲ ਦਾ ਸੋਚ ਹੀ ਐਂਟੀ ਪੰਥ ਹੈ ਐਂਟੀ ਪੰਜਾਬ ਹੈ ਤੇ ਤੁਸੀਂ ਜਾਣਦੇ ਹੋ ਆਹੀ ਇੱਕ ਵੱਡਾ ਸਬੂਤ ਹੈ ਆਹੀ ਕੇਜਰੀਵਾਲ ਹੈ ਜਿਹਨੇ ਕਿਹਾ ਪੰਜਾਬ ਦੇ ਥਰਮਲ ਪਲਾਂਟ ਬੰਦ ਕਰੋ ਆਹੀ ਕੇਜਰੀਵਾਲ ਹੈ ਜਿਹਨੇ ਕਿਹਾ ਪਾਣੀ ਪੰਜਾਬ ਦਾ ਇਸ ਵਾਰ ਨਹਿਰ ਕੱਢ ਕੇ ਸਾਨੂੰ ਪਾਣੀ ਦਿੱਲੀ ਦਿਓ ਸੋ ਇਹ ਜਿਹਾ ਇਨਸਾਨ ਜਿਹੜਾ ਹੁਣ ਦਵਿੰਦਰਪਾਲ ਭੁੱਲਰ ਜੀ ਨੇ ਸਾਰੀ ਆਪਣੀ ਸਜ਼ਾ ਪੂਰੀ ਕਰ ਲਈ ਹੈ ਜਿਹੜੇ ਇਨਸਾਨ ਨੇ ਆਪਣੀ ਸਾਰੀ ਸਜ਼ਾ ਪੂਰੀ ਕਰ ਲਈ ਹੈ ਉਹਨੂੰ ਰਿਹਾਈ ਕਰਨਾ ਕਾਨੂੰਨੀ ਰਾਈਟ ਹੈ
ਪਰ ਕੇਜਰੀਵਾਲ ਰੋਕੀ ਜਾਂਦਾ। ਦਸ ਕਰੋੜ ਰੁਪਇਆ ਲੱਭਿਆ ਚੰਨੀ ਸਾਹਿਬ ਜਵਾਬ ਦੇਣ, 10 ਕਰੋੜ ਕਿੱਥੋਂ ਆਏ।